ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕਿੱਦਾਂ ਉਮੀਦ ਕਰਦਾ ਵੀ ਸਾਰੇ ਵਧੀਆ ਹੋਵੋਗੇ ਤੇ ਮੈਂ ਪੂਰਾ ਵਧੀਆ ਸ਼ੁਰੂਆਤ ਕਰਦਾ ਜੀ ਅੱਜ ਆਪਾਂ ਆਪਣੇ ਨਵੇਂ ਬਲੌਗ ਦੀ ਤੇ ਅੱਜ ਇਸ ਸਮੇਂ ਮੈਂ ਖੜਾ ਜੀ ਲੁਧਿਆਣਾ ਤੋਂ ਸੰਗਰੂਰ ਜਿਹੜੀ ਰੋਡ ਜਾਂਦੀ ਆ ਉਸ ਮੇਨ ਹਾਈਵੇ ਤੇ ਇਸ ਹਾਈਵੇ ਦੇ ਤੋਂ ਇਸ ਸਾਈਡ ਤੋਂ ਮੈਂ ਆਇਆ ਜੀ ਇਹ ਜਿਹੜੀ ਆ ਲੁਧਿਆਣੇ ਨੂੰ ਜਾਂਦੀ ਆ ਤੇ ਇਸ ਸਾਈਡ ਨੂੰ ਜਿਹੜੀ ਇਹ ਰੋਡ ਆ ਸੰਗਰੂਰ ਨੂੰ ਜਾਂਦੀ ਆ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂ ਜੀ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਵਾ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਜੋੜਿਆ ਜਾਂਦਾ ਵਾ ਕਹਿੰਦੇ ਆ ਕਿ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜਾ ਕਲਯੁਗ ਦਾ ਆਧਾਰ ਕੀਤਾ ਸੀਗਾ ਤੇ ਹੁਣ ਆਪਾਂ ਚੱਲਦੇ ਆ ਨਾ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਦਰਸ਼ਨ ਕਰਦੇ ਆ ਜੀ ਤੇ ਨਾਲੇ ਜਿਹੜਾ ਉੱਥੇ ਜਾ ਕੇ ਸਾਰਾ ਇਤਿਹਾਸ ਆ ਮੈਂ ਤੁਹਾਡੇ ਨਾਲ ਜਾ ਕੇ ਸਾਂਝਾ ਕਰਦਾ ਹਾਂਜੀ ਤੇ ਜਿਹੜੀ ਆਹ ਲਿੰਕ ਰੋਡ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਇਹ ਲਿੰਕ ਰੋਡ ਜਿਹੜੀ ਸਿੱਧੀ ਮੁਹੰਮਦਪੁਰਾ ਛੰਨ ਹੁੰਦੇ ਹੋਏ ਦੇ ਕਲਾਂ ਤੇ ਫਿਰ ਮੰਗਵਾਲ ਪਹੁੰਚਦੀ ਹੈ ਜੀ ਤੇ ਜਿਹੜੇ ਗੁਰਦੁਆਰਾ ਸਾਹਿਬ ਦੀ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ ਇਹ ਮੰਗਵਾਲ ਪਿੰਡ ਦੇ ਕੋਲ ਹੀ ਸ਼ਸ਼ੋਭਿਤ ਆ ਜੀ ਗੁਰਦੁਆਰਾ ਨਾਨਕਿਆਣਾ ਸਾਹਿਬ ਜੇਕਰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਨਾਨਕ ਦੇਵ ਸਾਹਿਬ ਦੀ ਚਰਨ ਛੋਹ ਪ੍ਰਾਪਤ ਆ ਤੇ ਨਾਲ ਹੀ ਕਿਹਾ ਜਾਂਦਾ ਕਿ ਇਸ ਜਗ੍ਹਾ ਦੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਿਹੜੀ ਚਰਨ ਛੋਹ ਪ੍ਰਾਪਤ ਆ ਜੀ ਇਸ ਜਗ੍ਹਾ ਨੂੰ ਤੇ ਹੁਣ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਇੱਕ ਚੀਜ਼ ਹੋਰ ਹੈ ਜੀ ਇਸ ਜਗ੍ਹਾ ਦੇ ਉੱਤੇ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ 15 ਦਿਨ ਦੇ ਕਰੀਬ ਜਿਹੜੇ ਆਰਾਮ ਕੀਤਾ ਸੀਗਾ ਇਸ ਜਗ੍ਹਾ ਦੇ ਉੱਤੇ ਰੁਕੇ ਸੀਗੇ ਤੇ ਉਹਨਾਂ ਨੇ ਇੱਥੇ ਜਿਹੜਾ ਕਲਯੁਗ ਦਾ ਆਧਾਰ ਕੀਤਾ ਸੀਗਾ ਤੇ ਆਪਾਂ ਸਾਰਾ ਇਤਿਹਾਸ ਗੁਰਦੁਆਰਾ ਸਾਹਿਬ ਜਾ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਨਾਲੇ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਦੇ ਹਾਂ ਹਾਂਜੀ ਤੇ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਬਾਰੇ ਗੱਲ ਕਰਦੇ ਸੀ ਜੀ ਆਪਾਂ ਉਸ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਇਹ ਆ ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ ਸੰਗਰੂਰ ਤੇ ਇਹ ਗੁਰਦੁਆਰਾ ਜਿਹੜਾ ਹੈਗਾ ਜੀ ਨਾਭਾ ਭਲਵਾਨ ਹਾਈਵੇ ਦੇ ਉੱਤੇ ਹੈਗਾ ਸ਼ਸ਼ੋਭਿਤ ਆ ਜੀ ਇਸ ਸਾਈਡ ਨੂੰ ਜਿਹੜੀ ਰੋਡ ਆ ਇਹ ਭਲਵਾਨ ਨੂੰ ਨਾਭੇ ਨੂੰ ਪਟਿਆਲੇ ਨੂੰ ਚਲੀ ਜਾਂਦੀ ਆ ਤੇ ਇਸ ਸਾਈਡ ਨੂੰ ਜਿਹੜੀ ਇਹ ਰੋਡ ਆ ਇਹ ਸੰਗਰੂਰ ਨੂੰ ਚਲੀ ਜਾਂਦੀ ਆ ਤੇ ਆਹ ਜਿਹੜਾ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਜੀ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਿਆਣਾ ਸਾਹਿਬ ਆ ਤੇ ਹੁਣ ਆਪਾਂ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਇਸ ਸਾਈਡ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਜੀ ਇਹ ਸੰਖੇਪ ਦੇ ਵਿੱਚ ਲਿਖਿਆ ਹੋਇਆ ਵਾ ਤੇ ਗੁਰਦੁਆਰਾ ਸਾਹਿਬ 'ਚ ਜਦੋਂ ਆਪਾਂ ਐਂਟਰ ਕਰਦੇ ਹਾਂ ਤਾਂ ਦੋਨੋਂ ਸਾਈਡ ਰਾਈਟ ਐਂਡ ਲੈਫਟ ਦੋਨੋਂ ਸਾਈਡ 'ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਆ ਤੁਸੀਂ ਇਸ ਵੀਡੀਓ ਨੂੰ ਪੌਜ਼ ਕਰਕੇ ਇਹ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਹੁਣ ਆਪਾਂ ਅੰਦਰ ਚੱਲਦੇ ਜੀ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਇਸ ਸਾਈਡ 'ਤੇ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਆ ਆਪਾਂ ਪਹਿਲਾਂ ਜੋੜੇ ਜਮ੍ਹਾਂ ਕਰਾ ਦਈਏ ਅਤੇ ਫਿਰ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੋੜੇ ਆਪਾਂ ਜਮ੍ਹਾਂ ਕਰਾਤੇ ਜੀ ਅਤੇ ਆਹ ਜਿਹੜਾ ਰਸਤਾ ਵਾ ਇਹ ਸਿੱਧਾ ਹੀ ਦਰਬਾਰ ਸਾਹਿਬ ਨੂੰ ਜਾਂਦਾ ਜੀ ਸਾਹਮਣੇ ਜਿਹੜਾ ਦਰਬਾਰ ਸਾਹਿਬ ਸ਼ਸ਼ੋਭਿਤ ਆ ਲੇਕਿਨ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਇੱਕ ਦਰਸ਼ਨੀ ਦਿਉੜੀ ਆਪਾਂ ਪਹਿਲਾਂ ਲੰਘ ਕੇ ਆਏ ਹਾਂ ਅਤੇ ਇੱਕ ਦਰਸ਼ਨੀ ਦਿਉੜੀ ਇੱਥੇ ਵੀ ਬਣਾਈ ਗਈ ਹੈ ਜੀ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਹੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਜਿਹੜਾ ਸ਼ਸ਼ੋਭਿਤ ਆ ਜੀ ਤੁਸੀਂ ਦਰਸ਼ਨ ਕਰ ਸਕਦੇ ਇਸ ਪਵਿੱਤਰ ਸਰੋਵਰ ਦੇ ਹਾਂਜੀ ਤੇ ਤੁਹਾਨੂੰ ਸਕਰੀਨ ਤੇ ਦਿਸ ਰਿਹਾ ਹੋਣਾ ਜੀ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਤਿੰਨ ਨਿਸ਼ਾਨ ਸਾਹਿਬ ਸ਼ਸ਼ੋਭਿਤ ਨੇ ਜੀ ਤੇ ਆਹ ਵਾਲਾ ਜਿਹੜਾ ਨਿਸ਼ਾਨ ਸਾਹਿਬ ਹੈਗਾ ਵਾ ਇਹ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਇਹ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਜਦੋਂ ਗੁਰੂ ਨਾਨਕ ਦੇਵ ਸਾਹਿਬ ਇੱਥੇ ਆਏ ਸੀ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਤੇ ਇਸ ਸਾਈਡ 'ਤੇ ਜਿਹੜੇ ਆਹ ਦੋ ਨਿਸ਼ਾਨ ਸਾਹਿਬ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਵਾਲੇ ਜਿਹੜੇ ਨਿਸ਼ਾਨ ਸਾਹਿਬ ਹੈਗੇ ਨੇ ਇਹ ਜਿਹੜੇ ਹੈਗੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਇੱਥੇ ਪਹੁੰਚੇ ਸੀਗੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਅਸਥਾਨ ਬਣਾਇਆ ਗਿਆ ਆਪਾਂ ਹੁਣ ਤੁਹਾਨੂੰ ਦੋਨਾਂ ਸਥਾਨ ਦੇ ਜਿਹੜੇ ਦਰਸ਼ਨ ਕਰਾਵਾਂਗੇ ਅਤੇ ਨਾਲੇ ਜਿਹੜਾ ਸੰਪੂਰਨ ਇਤਿਹਾਸ ਆ ਇਹ ਵੀ ਤੁਹਾਡੇ ਨਾਲ ਜਾ ਕੇ ਸਾਂਝਾ ਕਰਦੇ ਹਾਂ ਜੀ ਹਾਂਜੀ ਅਤੇ ਜੇਕਰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਕਿ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਨਾਨਕ ਦੇਵ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਚਰਨ ਛੋਹ ਪ੍ਰਾਪਤ ਆ ਜੀ ਅਤੇ ਕਿਹਾ ਜਾਂਦਾ ਕਿ ਜਦੋਂ ਗੁਰੂ ਨਾਨਕ ਦੇਵ ਸਾਹਿਬ ਪੂਰਬ ਦੇਸ਼ਾਂ ਵੱਲ ਨੂੰ ਜਾ ਰਹੇ ਸੀਗੇ ਤਾਂ ਉਸ ਤੋਂ ਪਹਿਲਾਂ ਉਹ ਇਮਾਨਾਬਾਦ ਤੋਂ ਹੁੰਦੇ ਹੋਏ ਠੀਕ ਹੈ ਰਾਵੀ ਬਿਆਸ ਉਹਨਾਂ ਨੇ ਪਾਰ ਕੀਤਾ ਫਿਰ ਸਤਲੁਜ ਦਰਿਆ ਪਾਰ ਕੀਤਾ ਫਿਰ ਮਲੇਰਕੋਟਲਾ ਹੁੰਦੇ ਛਿੱਟਾਂ ਵਾਲਾ ਅਤੇ ਫਿਰ ਅਕੋਈ ਸਾਹਿਬ ਹੁੰਦੇ ਹੋਏ ਗੁਰੂ ਸਾਹਿਬ ਇੱਥੇ ਪਹੁੰਚੇ ਸੀਗੇ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਸੀ ਤਾਂ ਉਹਨਾਂ ਨੇ ਇੱਥੇ 15 ਦਿਨ ਦੇ ਕਰੀਬ ਜਿਹੜਾ ਆਪਣਾ ਆਰਾਮ ਕੀਤਾ ਸੀ ਇੱਥੇ 15 ਦਿਨ ਦੇ ਕਰੀਬ ਰੁਕੇ ਸੀਗੇ ਅਤੇ ਉਹਨਾਂ ਨੇ ਜਿੰਨਾ ਟਾਈਮ ਉਹ ਇੱਥੇ ਰੁਕੇ ਤਾਂ ਉਹ ਸੰਗਤਾਂ ਨੂੰ ਹੋਮੇ ਰਹਿਤ ਅਤੇ ਸਾਦਾ ਜੀਵਨ ਬਤੀਤ ਕਰਨ ਦੇ ਲਈ ਕਹਿ ਰਹੇ ਸੀਗੇ ਇੱਕ ਦਿਨ ਕੀ ਹੋਇਆ ਕਿ ਬਹੁਤ ਹੀ ਭਿਆਨਕ ਜਿਹੜਾ ਤੂਫਾਨ ਚੱਲਣ ਲੱਗ ਗਿਆ
ਸੀ ਉਸ ਤੂਫਾਨ ਦੇ ਵਿੱਚ ਜਿਹੜੇ ਵੱਡੇ ਵੱਡੇ ਦਰਖਤ ਸੀਗੇ ਉਹ ਆਪਣੀ ਜੜ੍ਹਾਂ ਦੇ ਸਮੇਤ ਜਿਹੜੇ ਪੁੱਟੇ ਜਾਣ ਲੱਗ ਪਏ। ਇਹ ਸਾਰਾ ਕੁਝ ਜਿਹੜਾ ਕਰ ਰਿਹਾ ਸੀਗਾ ਉਹ ਕਲਯੁੱਗ ਕਰਦਾ ਪਿਆ ਸੀ ਅਤੇ ਉਸ ਸਮੇਂ ਜਿਹੜਾ ਕਲਯੁੱਗ ਨੇ ਆਪਣਾ ਇੱਕ ਦਿਓ ਦਾ ਰੂਪ ਧਾਰਨ ਕਰ ਲਿਆ ਅਤੇ ਫਿਰ ਇਸ ਜਗ੍ਹਾ ਦੇ ਉੱਤੇ ਬਹੁਤ ਹੀ ਜ਼ਿਆਦਾ ਜਿਹੜੀ ਬਿਜਲੀ ਚਮਕਣ ਲੱਗ ਪਈ, ਠੀਕ ਹੈ ਨਾ, ਅਤੇ ਫਿਰ ਹੋਰ ਨਾਲੇ ਕਾਲੀ ਘਾਟਾ ਜਿਹੜੀ ਉਹ ਹੋ ਗਈ। ਅਤੇ ਇਹ ਸਾਰਾ ਕੁਝ ਦੇਖ ਕੇ ਜਿਹੜਾ ਭਾਈ ਮਰਦਾਨਾ ਸੀਗੇ ਉਹ ਡਰ ਗਏ, ਪਰ ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਉਹ ਡਰੇ ਨਾ, ਬਲਕਿ ਜਿਹੜਾ ਹੈਗਾ ਵਾ ਉਸ ਵਾਹਿਗੁਰੂ ਦਾ ਨਾਮ, ਉਸ ਵਾਹਿਗੁਰੂ ਦਾ ਜਸ ਕਰੇ ਜਿਹਦੇ ਸਾਹਮਣੇ ਇਹ ਸਾਰੀਆਂ ਤਾਕਤਾਂ ਬਲਹੀਨ ਨੇ। ਅਤੇ ਗੁਰੂ ਨਾਨਕ ਦੇਵ ਜੀ ਦੀ ਰੂਹਾਨੀਆਂ ਤਾਕਤਾਂ ਦੇ ਅੱਗੇ ਜਿਹੜਾ ਕਲਯੁੱਗ ਦਾ ਕੋਈ ਵੀ ਜ਼ੋਰ ਨਾ ਚੱਲਿਆ, ਅਤੇ ਜਿਹੜਾ ਕਲਯੁੱਗ ਸੀਗਾ ਉਹ ਗੁਰੂ ਨਾਨਕ ਆਪਣੇ ਮਨੁੱਖ ਦੇ ਰੂਪ ਵਿੱਚ ਆਇਆ ਅਤੇ ਉਹ ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿਣ ਲੱਗਿਆ ਕਿ ਮੈਨੂੰ ਬਖਸ਼ ਦਵੋ। ਅਤੇ ਫਿਰ ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜਾ ਹੈਗਾ ਵਾ ਉਸ ਨੂੰ ਅੰਮ੍ਰਿਤਮਈ ਜਿਹੜੇ ਬਚਨ ਸੁਣਾ ਕੇ ਉਸਦੇ ਤਪਦੇ ਹੋਏ ਮਨ ਨੂੰ ਠੰਡਾ ਕੀਤਾ ਅਤੇ ਉਹਨੂੰ ਸ਼ੁਭ ਕਰਮ ਜਿਹੜਾ ਕਰਨ ਦੇ ਲਈ ਕਿਹਾ। ਇਹ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈਗਾ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਦੇ ਨਾਲ ਜੋੜਿਆ ਜਾਂਦਾ ਵਾ। ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਮੰਜੀ ਸਾਹਿਬ ਵੀ ਕਿਹਾ ਜਾਂਦਾ ਜੀ, ਅਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਉੱਪਰ ਆ ਬੋਰਡ ਲੱਗਿਆ ਹੋਇਆ ਵਾ, ਇੱਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਲਿਖਿਆ ਹੋਇਆ ਜੀ, ਅਤੇ ਇਸ ਸਾਈਡ ਦੇ ਉੱਤੇ ਜਿਹੜਾ ਗੁਰਦੁਆਰਾ ਮੰਜੀ ਸਾਹਿਬ ਦਾ ਬੋਰਡ ਲੱਗਿਆ ਹੋਇਆ। ਹਾਂਜੀ, ਅਤੇ ਆਪਾਂ ਨੇ ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਜਿਸਨੂੰ ਕਿਹਾ ਜਾਂਦਾ ਵਾ, ਆਪਾਂ ਉਸਦੇ ਦਰਸ਼ਨ ਕਰ ਲਏ ਜੀ, ਅਤੇ ਤੁਹਾਨੂੰ ਵੀ ਆਪਾਂ ਦਰਸ਼ਨ ਕਰਵਾਤੇ। ਹੁਣ ਆਪਾਂ ਚੱਲਦੇ ਹਾਂ ਜੀ ਉਸ ਸਥਾਨ 'ਤੇ ਜਿਸ ਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਰੀਰ ਦੇ ਦਰਖਤ ਦੇ ਨਾਲ ਆਪਣਾ ਘੋੜਾ ਬੰਨਿਆ ਸੀਗਾ। ਉਹ ਸਥਾਨ ਵੀ ਇਸੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸੁਸ਼ੋਭਿਤ ਆ ਜੀ। ਹੁਣ ਆਪਾਂ ਉੱਥੇ ਜਾ ਕੇ ਦਰਸ਼ਨ ਕਰਦੇ ਹਾਂ ਜੀ। ਹਾਂਜੀ, ਅਤੇ ਇਹ ਜਿਹੜਾ ਤੁਸੀਂ ਹੁਣ ਦਰਸ਼ਨ ਕਰ ਰਹੇ ਜੀ ਇਹ ਉਹ ਸਥਾਨ ਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ 1616 ਈਸਵੀ ਨੂੰ ਪਹੁੰਚੇ ਸੀਗੇ, ਅਤੇ ਉਹਨਾਂ ਨੇ ਇੱਥੇ ਕਰੀਰ ਦੇ ਦਰਖਤ ਦੇ ਨਾਲ ਆਪਣਾ ਘੋੜਾ ਜਿਹੜਾ ਬੰਨਿਆ ਸੀ। ਹੁਣ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਈਏ ਅਤੇ ਫਿਰ ਉਸ ਕਰੀਰ ਦੇ ਵੀ ਦਰਸ਼ਨ ਤੁਹਾਨੂੰ ਕਰਾਉਂਦੇ ਹਾਂ ਅਤੇ ਨਾਲੇ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ। ਹਾਂਜੀ, ਅਤੇ ਆਪਾਂ ਨੇ ਗੁਰਦੁਆਰਾ ਕਰੀਰ ਸਾਹਿਬ ਜਿਹੜੇ ਦਰਸ਼ਨ ਕਰ ਲਏ ਜੀ, ਅਤੇ ਜੇਕਰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਇਤਿਹਾਸ ਮੁਤਾਬਿਕ ਕਿਹਾ ਜਾਂਦਾ ਕਿ ਇਸ ਜਗ੍ਹਾ 'ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਜਿਹੜਾ ਘੋੜਾ ਬੰਨਿਆ ਸੀਗਾ, ਅਤੇ ਉਹਨਾਂ ਨੇ ਜਿਹੜੇ ਘੋੜਾ ਸੀਗਾ ਇੱਕ ਕਰੀਰ ਦੇ ਨਾਲ ਬੰਨਿਆ ਸੀਗਾ, ਅਤੇ ਹੁਣ ਉਹ ਜਿਹੜੀ ਕਰੀਰ ਆ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਆ ਜੀ। ਅਤੇ ਹੁਣ ਆਪਾਂ ਜਾ ਕੇ ਉਸ ਕਰੀਰ ਦੇ ਦਰਖਤ ਦੇ ਵੀ ਦਰਸ਼ਨ ਕਰਦੇ ਹਾਂ ਅਤੇ ਉੱਥੋਂ ਦਾ ਜਿਹੜਾ ਇਤਿਹਾਸ ਹੈਗਾ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜੀ। ਆਹ ਸਥਾਨ ਆ ਜੀ, ਉਹ ਇਸ ਸਥਾਨ 'ਤੇ 1616 ਈਸਵੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਪਹੁੰਚੇ ਸੀਗੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਇਸ ਜਗ੍ਹਾ 'ਤੇ ਪਹੁੰਚੇ ਸੀ ਤਾਂ ਇੱਥੇ ਇੱਕ ਆਹ ਜਿਹੜਾ ਕਰੀਰ ਦਾ ਦਰਖਤ ਆ, ਇਸ ਕਰੀਰ ਦੇ ਦਰਖਤ ਦੇ ਨਾਲ ਉਹਨਾਂ ਨੇ ਆਪਣਾ ਘੋੜਾ ਜਿਹੜਾ ਬੰਨਿਆ ਸੀਗਾ, ਅਤੇ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ, ਤੁਸੀਂ ਉਹ ਇਤਿਹਾਸ ਵੀ ਪੜ੍ਹ ਸਕਦੇ ਹੋ ਜੀ। ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਉਸ ਜਗ੍ਹਾ ਦੇ। ਇਸ ਸਾਈਡ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਲਿਖਿਆ ਹੈ, ਤੁਸੀਂ ਇਹ ਇਤਿਹਾਸ ਵੀਡੀਓ ਨੂੰ ਪੌਜ਼ ਕਰਕੇ ਪੜ੍ਹ ਸਕਦੇ ਹੋ। ਅਤੇ ਆਹ ਉਹ ਕਰੀਰ ਦਾ ਦਰਖਤ ਆ, ਤੁਸੀਂ ਦਰਸ਼ਨ ਕਰ ਸਕਦੇ ਜੀ। ਅੱਜ ਵੀ ਦੇਖ ਲਿਓ ਹਰੇ ਦਾ ਹਰਾ ਉੱਦੇ ਪਿਆ ਵਾ। ਅਤੇ ਉਸ ਸਾਈਡ ਦੇ ਉੱਤੇ ਇਹ ਗੁਰਦੁਆਰਾ ਨਾਨਕਿਆਣਾ ਸਾਹਿਬ ਆ, ਠੀਕ ਹੈ ਜੀ, ਜਿਹਦੇ ਆਪਾਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਤੇ। ਅਤੇ ਆਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਵਾ ਇਹ ਗੁਰਦੁਆਰਾ ਕਰੀਰ ਸਾਹਿਬ ਆ, ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਬਣਾਇਆ ਗਿਆ। ਕਿਸੇ ਨੇ ਅਣਜਾਣੇ ਪੁਣੇ ਦੇ ਵਿੱਚ ਜਿਹੜਾ ਇਹ ਦਰਖਤ ਕੱਟ ਕੇ ਇਸ ਜਗ੍ਹਾ ਦੇ ਉੱਤੇ ਕਮਰਾ ਬਣਾ ਦਿੱਤਾ ਸੀਗਾ, ਪਰ ਇਹ ਦਰਖਤ ਜਿਹੜਾ ਵਾ ਉਸ ਛੱਤ ਨੂੰ ਪਾੜ ਕੇ ਵਿੱਚੋਂ ਦੀ ਨਿਕਲੇ ਅਤੇ ਦੁਬਾਰਾ ਹਰਾ ਹੋ ਗਿਆ। ਅਤੇ ਫਿਰ ਸਮਾਂ ਪਾ ਕੇ ਇਹ ਇਸ ਜਗ੍ਹਾ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਜੀ। ਅਤੇ ਅੱਜ ਦੀ ਡੇਟ 'ਚ ਫਿਰ ਇਹ ਪਵਿੱਤਰ ਅਸਥਾਨ ਇੱਥੇ ਸੁਸ਼ੋਭਿਤ ਆ ਜੀ, ਗੁਰਦੁਆਰਾ ਕਰੀਰ ਸਾਹਿਬ ਦੇ ਨਾਮ ਦੇ ਨਾਲ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ। ਅਤੇ ਇਹ ਉਹੀ ਕਰੀਰ ਆ ਜਿਸ ਕਰੀਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਜਿਹੜਾ ਬੰਨਿਆ ਸੀਗਾ। ਹਾਂਜੀ, ਅਤੇ ਇਸ ਸਾਈਡ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਲਿਟਰੇਚਰ ਹਾਊਸ ਬਣਿਆ ਹੋਇਆ ਜੀ, ਅਤੇ ਇੱਥੇ ਜੇਕਰ ਕਿਸੇ ਵੀ ਟਾਈਪ ਦਾ ਆਪਾਂ ਨੂੰ ਗੁਰਮਤੀ ਲਿਟਰੇਚਰ ਚਾਹੀਦਾ ਹੋਵੇ ਤਾਂ ਉਹ ਆਪਾਂ ਨੂੰ ਇੱਥੇ ਪ੍ਰੋਵਾਈਡ ਹੋ ਜਾਂਦਾ, ਅਤੇ ਇੱਥੇ ਆਪਾਂ ਆਪਣੇ ਅਕੋਰਡਿੰਗ ਜਿਹੜਾ ਆਪਾਂ ਨੂੰ ਲਿਟਰੇਚਰ ਚਾਹੀਦਾ ਉਹ ਇੱਥੋਂ ਆਪਾਂ ਲੈ ਸਕਦੇ ਹਾਂ ਜੀ। ਇਹ ਗੁਰਮਤੀ ਲਿਟਰੇਚਰ ਹਾਊਸ ਇੱਥੇ ਗੁਰਦੁਆਰਾ ਸਾਹਿਬ 'ਚ ਬਣਿਆ ਹੋਇਆ।
हाँ जी भाई जी, तो अज आपने दर्शन किया जी गुरद्वारा नानकियाना साहब के, तो नाल ही जेडे गुरद्वारा करीर साहब के, तो ये जेडे दोनों गुरद्वारा साहब से इस जगह पर सुशोभित, एको जगह पर सुशोभित सके, तो दोनों गुरद्वारा साहब के इतिहास तो गुरद्वारा साहब के दर्शन थोनों मैं करवा दते जी। तो कहें कि जो गुरु नानक पातशाह इस जगह पर आए थे वो अप्रोक्सीमेट 15 दिन के करीब इस जगह उत्ते रुके से, लेकिन इतने आने तो पहला गुरु साहब जेडे ने गुरु नानक देव पातशाह पिंड अकोई विखे रुके से, उत्थे गुरु नानक देव साहब के नाम से जोड़ा है अकोई सर के नाम से जोड़ा एक गुरद्वारा साहब सुशोभित आ जी। आप अपने अगले ब्लॉग के थोनों उस गुरद्वारा साहब के दर्शन करावे गुरद्वारा अकोई साहब के। तो अज का ब्लॉग जेकर थोनों वधिया लग्या तो तुसी इस ब्लॉग नू लाइक कर दिओ, शेयर कर दिओ, तो साडे चैनल नू सबसक्राइब कर दिओ। मिलते हैं जी फिर आप अगली बारी एक नवी वीडियो लैके, उन्ने टाइम लई सत श्री अकाल जी।